ਉਧਰ ਇਸ ਦੁੱਖ ਦੀ ਘੜੀ ਦੇ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਐਮਪੀ ਸੁੱਖ ਧਾਲੀਵਾਲ ਹੋਰਾਂ ਦੇ ਵੱਲੋਂ ਪੂਰੀ ਮਦਦ ਕੀਤੀ ਜਾ ਰਹੀ ਹੈ। ਸੁੱਖ ਧਾਲੀਵਾਲ ਜਦੋਂ ਇਸ ਸੰਬੰਧੀ ਗੱਲਬਾਤ ਉਹਨਾਂ ਨਾਲ ਕੀਤੀ ਗਈ ਤਾਂ ਉਹਨਾਂ ਸਭ ਤੋਂ ਪਹਿਲਾਂ ਸੁਮਨਦੀਪ ਕੌਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਨਾਲ ਹੀ ਉਹਨਾਂ ਕਿਹਾ ਕਿ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਿਵਾਰ ਨੂੰ ਵੀਜ਼ਾ ਮਿਲ ਸਕੇ ਤੇ ਉਹ ਇੱਥੇ ਪਹੁੰਚ ਸਕਣ। ਸਾਨੂੰ ਪਹਿਲਾਂ ਤਾਂ ਮੈਂ ਉਹਨਾਂ ਦੁੱਖ ਦਾ ਪ੍ਰਗਟਾਵਾ ਕਰਦਾ ਔਰ ਸ਼ਰੀਕ ਹਾਂ ਉਸ ਪਰਿਵਾਰ ਦੇ ਨਾਲ ਜਿਸ ਬੱਚੀ ਦੀ ਇੱਥੇ ਡੈਥ ਹੋਈ ਔਰ ਉਹਦੇ ਇਮੀਡੀਏਟ ਜਿਹੜੀ ਫੈਮਿਲੀ ਨਾ ਪੇਰੈਂਟਸ ਨਾ ਸਿਵਲਿੰਗਸ ਇੱਥੇ ਨੇ। ਕਿਉਂਕਿ ਮੈਨੂੰ ਮੇਰੇ ਪਰਮ ਪਿਆਰੇ ਮਿੱਤਰ ਗੁਰਚਰਨ ਸਿੰਘ ਗਰੇਵਾਲ ਹਿੰਦੁਸਤਾਨ ਤੋਂ ਉਹਨਾਂ ਦਾ ਟੈਲੀਫੋਨ ਆਇਆ ਸੀਗਾ। ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਇੱਥੇ ਕੋਈ ਸਾਈਨ ਕਰ ਦਿਓ ਜਿਹੜਾ ਪਰਿਵਾਰ ਦਾ ਨਜ਼ਦੀਕੀ ਹੋਵੇ ਜਿਹਦੇ ਨਾਲ ਮੈਂ ਗੱਲਬਾਤ ਸਾਡਾ ਆਫਿਸ ਕਰ ਸਕੇ। ਉਹ ਇੱਥੇ ਹਰਮਨ ਗਰੇਵਾਲ ਹੈਗੇ ਬੱਚਾ, ਉਹਨਾਂ ਨੇ ਸਾਡੇ ਨਾਲ ਰਾਬਤਾ ਪੈਦਾ ਕੀਤਾ। ਉਸੇ ਦਿਨ ਤੋਂ ਹੀ ਅਸੀਂ ਇਸ ਫਾਈਲ 'ਤੇ ਜਿਹੜਾ ਕੰਮ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੇ ਉਹ ਬੱਚੀ ਦੇ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਇੱਥੇ ਲੈ ਕੇ ਆ ਸਕਦੇ ਹੈਗੇ ਆ। ਉਹਦੇ ਵਿੱਚ ਨੈਚੁਰਲੀ ਤੁਹਾਨੂੰ ਪਤਾ ਕਿ ਕੋਵਿਡ-19 ਦੀ ਸਿਚੁਏਸ਼ਨ ਦੌਰਾਨ ਈਜ਼ੀ ਨਹੀਂ ਹੈਗਾ, ਕਿਉਂਕਿ ਹੋਰ ਵੀ ਇਹੋ ਜਿਹੇ ਕੇਸ ਜਿਹੜੇ ਅੱਗੇ ਪਿੱਛੇ ਹੋਏ ਆ ਉਹ 'ਚ ਕਾਫੀ ਜਿਹੜਾ ਉਹ ਡਿਫੀਕਲਟੀਜ਼ ਆਈਆਂ, ਪਰ ਕਈਆਂ ਦੇ ਵਿੱਚ ਅਸੀਂ ਕਾਮਯਾਬ ਹੋਏ ਸੀ। ਈਵਨ ਅਮੈਰੀਕਾ ਦੇ ਵਿੱਚ ਇੱਕ ਇੱਥੇ ਸਾਡੇ ਕੰਸਟੀਟੂਐਂਸੀ ਉਹਦੀ ਡੈਥ ਹੋ ਗਈ, ਉਹ ਬੋਡੀ ਇੱਥੇ ਲੈ ਕੇ ਆਉਣ 'ਚ ਵੀ ਸਾਨੂੰ ਜਿਹੜੇ ਸੀ ਇਸ਼ੂਜ਼ ਜਿਹੜੇ ਸੀ ਅਸੀਂ ਫੇਸ ਕਰਦੇ ਸੀ। ਇਹ ਤਾਂ ਇਵੈਂਚੁਲੀ ਹੁਣ ਇੰਡੀਆ ਤੋਂ ਆਉਣਾ ਹੈਗਾ ਜਿੱਥੇ ਕੋਵਿਡ-19 ਦੀ ਸਿਚੁਏਸ਼ਨ ਇਸ ਵੇਲੇ ਜਿਹੜੀ ਆ ਉਹ ਥੋੜ੍ਹੀ ਜਿਹੀ ਜ਼ਿਆਦਾ ਫੈਲਦੀ ਜਾਂਦੀ ਹੈਗੀ ਆ, ਪਰ ਸਾਡਾ ਡਾਇਰੈਕਟ ਕੰਟੈਕਟ ਜਿਹੜਾ ਆਫਿਸ ਦਾ ਜਿਹੜੀ ਲੇਡੀ ਡਾਇਰੈਕਟਲੀ ਡੀਲ ਕਰਦੀ ਹੈਗੀ ਗਲੋਬਲ ਅਫੇਅਰਸ ਉਹਦੇ ਨਾਲ ਚੱਲ ਰਿਹਾ ਬੈਕ ਐਂਡ ਫੋਰਥ ਜਿਹੜਾ ਹਰਮਨ ਗਰੇਵਾਲ ਦੇ ਨਾਲ ਅਸੀਂ ਕੰਮ ਕਰ ਰਹੇ ਹੈਗੇ ਹਾਂ। ਅਤੇ ਆਸ ਆ ਕੇ ਥੋੜ੍ਹੇ ਦਿਨਾਂ ਦੇ ਵਿੱਚ ਉਹਦੇ ਪੇਰੈਂਟਸ ਜਿਹੜੇ ਬੱਚੀ ਦੇ ਉਹ ਇੱਥੇ ਆ ਸਕਣਗੇ। ਉਹਦੀਆਂ ਜਿਹੜੀਆਂ ਫਾਈਨਲ ਜਿਹੜੀ ਹੈਗੀਆਂ ਨੇ ਕਿਰਿਆ ਹੈਗੀ ਜੋ ਅਸੀਂ ਆਪਣੇ ਰਿਲੀਜੀਅਸ ਕਰਨੀ ਹੁੰਦੀ ਹੈਗੀ ਆ ਉਹਦੇ ਵਿੱਚ ਉਹ ਉਹਨੇ ਸੰਸਕਾਰ 'ਚ ਇੱਥੇ ਪਹੁੰਚ ਸਕਣਗੇ। ਬਿਲਕੁਲ ਇਹੀ ਸਾਡੀ ਕੋਸ਼ਿਸ਼ ਲੱਗੀ ਹੋਈ ਹੈ। ਪਹਿਲੇ ਦਿਨ ਤੋਂ ਹੀ ਸਾਡੀ ਇਹ ਕੋਸ਼ਿਸ਼ ਸੀਗੀ ਕਿ ਉਹਨਾਂ ਨੂੰ ਜਿਹੜਾ ਵੀਜ਼ਾ ਮਿਲਣਾ ਚਾਹੀਦਾ, ਕਿਉਂਕਿ ਅਸੀਂ ਕਿਹਾ ਵੀ ਇਹ ਗਲੋਬਲ ਫੇਅਰ ਨੂੰ। ਉਸ ਤੋਂ ਬਾਅਦ ਉਹ ਕਹਿੰਦੇ ਸੀ ਵੀ ਫਿਰ ਅਸੀਂ ਮੇਕ ਸ਼ੋਰ ਕੀਤਾ ਕਿ ਡਾਕਟਰ ਸਾਨੂੰ ਲਿਖ ਕੇ ਦੇਵੇ ਵੀ ਉਹ ਜਿਹੜੇ ਆ ਉਹਦੀ ਬੋਡੀ ਉਦੋਂ ਥਾਈ ਨਹੀਂ ਉਹ ਰਿਲੀਜ਼ ਕਰਨਗੇ ਜਦੋਂ ਤੱਕ ਉਹਦੇ ਪੇਰੈਂਟਸ ਨਹੀਂ ਆਉਂਦੇ। ਉਹ ਸਾਨੂੰ ਚਿੱਠੀ ਜਿਹੜੀ ਆ ਉਹਨਾਂ ਤੋਂ ਉਹ ਵੀ ਮਿਲ ਗਈ। ਉਸ ਤੋਂ ਬਾਅਦ ਹੁਣ ਅਸੀਂ ਕੰਮ ਕਰ ਰਹੇ ਹੈਗੇ ਹਾਂ ਇਸ ਵੇਲੇ ਕਿ ਜਿਹੜੇ ਉਹਨਾਂ ਨੂੰ ਬਾਇਓਮੈਟ੍ਰਿਕਸ ਉੱਥੇ ਕਰਾਉਣੇ ਪੈਣੇ ਸੀ, ਹੁਣ ਆਫਿਸਿਸ ਬੰਦ ਹੈਗੇ ਆ, ਹੁਣ ਅਸੀਂ ਜਿਹੜੀ ਕੋਸ਼ਿਸ਼ ਹੈ ਇਸ ਵੇਲੇ ਸਾਡੀ ਉਹ ਇਹ ਹੈਗੀ ਆ ਕਿ ਬਾਇਓਮੈਟ੍ਰਿਕਸ ਜਿਹੜੇ ਨੇ ਉਹਨਾਂ ਦੇ ਉਹ ਵੇਵ ਕੀਤੇ ਜਾਣ ਤਾਂ ਕਿ ਉਹ ਇੱਥੇ ਜਿਹੜਾ ਵਾ ਉਹ ਆ ਸਕਣ, ਆ ਕੇ ਆਪਣੀ ਬੱਚੀ ਦਾ ਸੰਸਕਾਰ ਜਿਹੜਾ ਹੈਗਾ ਉਹ ਕਰ ਸਕਣ। ਦੇਖੋ ਉਮੀਦ ਮੈਂ ਤਾਂ ਕਹਿੰਦਾ ਵੀ ਇਹ ਤਾਂ ਇਮੀਡੀਏਟਲੀ ਫੈਸਲਾ ਹੋ ਜਾਏ, ਕਿਉਂਕਿ ਐਜ ਐਨ ਚੁਣਿਆ ਹੋਇਆ ਨੁਮਾਇੰਦਾ ਜਦੋਂ ਇੱਕ ਪਰਟੀਕੁਲਰਲੀ ਦੇਖਦੇ ਹਾਂ ਕਿ ਇੱਕ ਬੱਚੀ ਔਰ ਉਹਦਾ ਪਰਿਵਾਰ, ਕਿਉਂਕਿ ਅਸੀਂ ਉਸ ਸਿਚੁਏਸ਼ਨ ਨੂੰ ਲੈ ਕੇ ਚੱਲਦੇ ਹਾਂ ਅਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਰਾਈਟ ਵੇ ਹੋ ਜਾਏ, ਪਰ ਜਿਹੜੇ ਸਰਟਨ ਪ੍ਰੋਟੋਕਾਲਸ ਜਿਹੜੇ ਨੇ ਉਹ ਸਾਨੂੰ ਫੋਲੋ ਕਰਨੇ ਪੈ ਰਹੇ ਨੇ ਔਰ ਉਹਦੇ ਵਿੱਚ ਸਾਨੂੰ ਕੋਈ ਇਸ ਵੇਲੇ ਦਿੱਕਤ ਨਹੀਂ ਆ ਰਹੀ। ਹਜੇ ਤਾਈਂ ਕੋਈ ਐਸੀ ਨਹੀਂ ਕਿ ਸਾਨੂੰ ਜਿਹੜਾ ਹੈਗਾ ਗਲੋਬਲ ਅਫੇਅਰਸ ਵੱਲੋਂ ਜਾਂ ਸਾਡੀ ਜਿਹੜੀ ਹਾਈ ਕਮਿਸ਼ਨ ਹੈਗੇ ਆ ਹਿੰਦੁਸਤਾਨ ਦੇ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਉਹਨਾਂ ਵੱਲੋਂ ਹਜੇ ਕੋਈ ਨਾਂ ਨਹੀਂ ਹੋਈ ਔਰ ਕੋਈ ਉਹਨਾਂ ਵੱਲੋਂ ਅੜਚਣ ਨਹੀਂ। ਜਸਟ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਸ ਨੂੰ ਲੈ ਕੇ ਉਹ ਡਿਟਰਮਿਨ ਕਰ ਰਹੇ ਆ ਵੀ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਹਨੂੰ ਕਰ ਸਕਦੇ, ਕਿਉਂਕਿ ਤੁਸੀਂ ਹੋਰ ਵੀ ਕੇਸ ਦੇਖੇ ਹੋਣਗੇ, ਕਿਉਂਕਿ ਨੈਵਰ ਮਾਈਂਡ ਕਿਉਂਕਿ ਇਹ ਤਾਂ ਵਿਜ਼ਿਟਰ ਆਉਣੇ ਇੰਡੀਆ ਤੋਂ, ਈਵਨ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਨਹੀਂ ਆ ਸਕਦੇ ਔਰ ਇਹੋ ਜਿਹਾ ਕੇਸ ਜਿਹੜਾ ਸੀਗਾ ਇੱਕ ਟੋਰਾਂਟੋ ਦੇ ਵਿੱਚ ਮੈਨੂੰ ਸੁਣਨ 'ਚ ਆਇਆ ਕਿ ਉੱਥੇ ਕੈਨੇਡੀਅਨ ਸਿਟੀਜ਼ਨ ਸੀ ਬੱਚਾ, ਉਹਦੀ ਡੈਥ ਹੋ ਗਈ, ਉਹਦੇ ਪੇਰੈਂਟਸ ਕੋਲ ਵੀਜ਼ਾ ਵੀ ਸੀ ਉਹ ਨਹੀਂ ਆ ਸਕੇ। ਇੱਥੇ ਦੀ ਸਿਚੁਏਸ਼ਨ ਹੈਗੀ ਹੈ ਸਾਡੇ ਇੱਥੋਂ ਗਏ ਹੋਏ ਬੰਦੇ ਉਸ ਵੇਲੇ ਜਿਹੜਾ ਪਹਿਲਾ ਕੇਸ ਮੈਂ ਇੱਥੇ ਲੈ ਕੇ ਆਇਆ, ਇੱਥੇ ਬੱਚਾ ਸੀਗਾ ਕੈਨੇਡੀਅਨ ਸਿਟੀਜ਼ਨ ਉਹਦੀ ਡੈਥ ਹੋ ਗਈ, ਉਹਦੇ ਮਾਪੇ ਜਿਹੜੇ ਸੀ ਉਹ ਹਿੰਦੁਸਤਾਨ 'ਚ ਬੈਠੇ ਸੀ, ਉਹ ਵੀ ਅਸੀਂ ਜਿਹੜੀ ਲੇਡੀ ਦੇ ਨਾਲ ਹੁਣ ਅਸੀਂ ਕੰਮ ਕਰ ਰਹੇ ਨੇ ਬੜੀ ਸਾਡੀ ਮਦਦ ਕੀਤੀ ਔਰ ਉਹਨਾਂ ਨੂੰ ਅਸੀਂ ਜਿਹੜੀ ਪਹਿਲੀ ਫਲਾਈਟ ਜਿਹੜੀ ਸੀ ਰੀਪੇਟੀਏਸ਼ਨ ਫਲਾਈਟ ਚੜ੍ਹ ਕੇ ਆਈ ਉਹਦੇ ਵਿੱਚ ਲੈ ਕੇ ਆਉਣ 'ਚ ਅਸੀਂ ਉਦੋਂ ਸਫਲ ਹੋਏ ਸੀ ਅਤੇ ਉਮੀਦ ਆ ਕਿ ਅਸੀਂ ਵਿਦਇਨ ਦਾ ਨੈਕਸਟ ਫਿਊ ਡੇਜ਼ ਜਿਹੜਾ ਹੈਗਾ ਇਸ ਚੀਜ਼ 'ਤੇ ਵੀ ਜਿਹੜੀ ਹੈ ਉਹ ਸਫਲਤਾ ਮਿਲੂਗੀ। ਪਰ ਮੈਂ ਧੰਨਵਾਦ ਕਰਦਾ ਕਿ ਹਰਮਨ ਵਰਗੇ ਬੱਚਾ ਜਿਹੜਾ ਹੈ ਜਿਹਦਾ ਕੋਈ ਬਲੱਡ ਰਿਲੇਸ਼ਨ ਨਹੀਂ ਉਹ ਬੱਚਾ ਜਿਹੜਾ ਹੈਗਾ ਉਹ ਸਾਨੂੰ ਪੂਰੀ ਚੰਗੀ ਤਰ੍ਹਾਂ ਨਾਲ ਸਾਡੇ ਨਾਲ ਕੋਆਪਰੇਟ ਕਰ ਰਿਹਾ, ਹੈਲਪ ਕਰ ਰਿਹਾ ਵਾ ਕਿ ਕਿਸ ਤਰੀਕੇ ਨਾਲ ਅਸੀਂ ਉਹਦੀ ਬੋਡੀ ਜਿਹੜੀ ਆ ਉਹਨੂੰ ਰਾਈਡ ਨਾ ਹੋ। ਸਾਡਾ ਜਿਹੜਾ ਫੋਕਸ ਹੈਗਾ ਉਹ ਹੈਗਾ ਕਿ ਅਸੀਂ ਇਮੀਡੀਏਟਲੀ ਉਹਨਾਂ ਨੂੰ ਜਿਹੜੇ ਉਹਦੇ ਗੁੱਡੀ ਦੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਅਸੀਂ ਜਿਹੜਾ ਉਹ ਇੱਥੇ ਲੈ ਕੇ ਆਉਣਾ, ਇਹ ਸਾਡਾ ਫੋਕਸ ਹੈਗਾ ਔਰ ਮੈਨੂੰ ਪੂਰੀ ਆਸ ਆ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ ਵਾ ਹੋਰ ਲੋਕਾਂ ਦੇ ਉਹ ਫੰਡ ਆਲਰੇਡੀ ਇਕੱਠੇ ਹੋ ਚੁੱਕੇ ਜਿੰਨੇ ਕੁ ਫੰਡਸ ਜਿਹੜੇ ਸੀਗੇ ਇਸ ਕੰਮ ਲਈ ਚਾਹੀਦੇ ਹੈਗੇ ਆ। ਉਹ ਬਹੁਤ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ ਔਰ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਇਹਨੂੰ ਕਵਰ ਕਰ ਰਹੇ ਹੋ। ਫਿਰ ਇੱਕ ਵਾਰ ਮੈਂ ਉਹਦੇ ਪਰਿਵਾਰ ਦੇ ਨਾਲ ਜਿਹੜੀ ਆ ਉਹ ਮੇਰੀ ਬਹੁਤ ਹਮਦਰਦੀ ਜਿਹੜੀ ਆ ਇਸ ਵਿਸ਼ੇ ਦੇ ਉੱਤੇ ਮੈਂ ਜਿਹੜੀ ਆ ਉਹ ਸਾਂਝੀ ਕਰਦਾ ਉਹਨਾਂ ਨਾਲ, ਅਤੇ ਕਿਉਂਕਿ ਆਪਦਾ ਹੀ ਕੇਸ ਲੈ ਕੇ ਚੱਲਦੇ ਹਾਂ ਔਰ ਮੇਰੇ ਆਫਿਸ ਦਾ ਸਟਾਫ ਜਿਹੜਾ ਟਾਇਰਲੈਸਲੀ
ਨੋ ਡੇ ਇਨ ਡੇ ਆਊਟ ਮਤਲਬ ਇਸ 'ਤੇ ਅਰਾਊਂਡ ਦਾ ਕਲੋਕ ਜਿਹੜਾ ਹੈਗਾ ਉਹ ਕੰਮ ਕਰ ਰਿਹਾ, ਕਿਉਂਕਿ ਉਹਨੂੰ ਪਤਾ ਸਟਾਫ ਨੂੰ, ਬੜਾ ਤਜਰਬੇਦਾਰ ਸਟਾਫ ਹੈਗਾ ਮੇਰੇ ਆਫਿਸ ਦੇ ਵਿੱਚ, ਕਿਉਂਕਿ ਉਹ ਆਲਰੇਡੀ ਇਹੋ ਜਿਹੇ ਕੇਸ ਜਿਹੜੇ ਨੇ, ਜਿਹੜੇ ਕੰਪਲੈਕਸ ਕੇਸਿਸ ਹੈਗੇ ਨੇ, ਉਹਨਾਂ ਦੇ ਉੱਤੇ ਜਦੋਂ ਵੀ ਚਾਹੇ ਉਹ ਮਿਨਿਸਟਰੀਅਲ ਆਫਿਸ ਨਾਲ ਡੀਲ ਕਰਦੇ ਨੇ, ਚਾਹੇ ਉਹ ਹਾਈ ਕਮਿਸ਼ਨ ਨਾਲ ਹਿੰਦੁਸਤਾਨ ਜਾਂ ਗਲੋਬਲ ਅਫੇਅਰਸ ਨਾਲ, ਇੱਥੇ ਤਕਰੀਬਨ ਜਿਹੜੀ ਆ ਜੂਜਲੀ ਸਕਸੈਸਫੁਲ ਜਿਹੜੇ ਅਸੀਂ ਰਹੇ ਹਾਂ. ਕਿਉਂ? ਕਿਉਂਕਿ ਕੰਮ ਹੈਗਾ ਜਿਹੜਾ ਉਹ ਤਾਂ ਹੀ ਸਿਰੇ ਚੜ੍ਹਦਾ ਜੇ ਅਸੀਂ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਹੈਗੇ ਹਾਂ. ਉਹ ਜਿਹੜੀ ਲੜਕੀ ਜੈਕੀ ਦੀ ਮੈਂ ਗੱਲ ਕਰਦਾ, ਪਹਿਲਾਂ ਵੀ ਮੈਂ ਉਹਨੂੰ ਐਪਰੀਸ਼ੀਏਟ ਕੀਤਾ ਕਿ ਡਿਊਰਿੰਗ ਜਿਹੜੀਆਂ ਰੀਪੇਟੀਏਸ਼ਨ ਫਲਾਈਟ ਸੀਗੀਆਂ ਉਹਨੇ ਹਰ ਚੀਜ਼ ਨੂੰ ਜਿਹੜਾ ਸੀਗਾ ਬੜੇ ਡਿਲੀਜੈਂਟਲੀ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜਾ ਸੀ ਉਹ ਹੈਂਡਲ ਕੀਤਾ, ਜਿੱਥੇ ਇਹੋ ਜਿਹੇ ਪਰਿਵਾਰਾਂ ਨੂੰ ਲੋੜ ਸੀ. ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੱਚੇ ਦਾ ਐਕਸੀਡੈਂਟ 'ਚ ਡੈਥ ਹੋ ਗਈ ਸੀ, ਇੱਥੇ ਉਹਦੇ ਮਦਰ ਫਾਦਰ ਦੋਨੇ ਹਿੰਦੁਸਤਾਨ ਸੀ, ਉਹਨੇ ਉਹਦੇ ਨਾਲ ਸਾਡੇ ਨਾਲ ਜਿਹੜੀ ਸੀ ਇਸ ਤਰੀਕੇ ਨਾਲ ਕੰਮ ਕੀਤਾ ਕਿ ਐਫੀਸ਼ੈਂਟਲੀ ਜਿਹੜਾ ਸੀਗਾ ਉਸ ਪਰਿਵਾਰ ਨੂੰ ਇੱਥੇ ਲੈ ਕੇ ਆਏ. ਮਿਹਰਬਾਨੀ ਤੁਹਾਡੀ. ਫਿਰ ਇੱਕ ਵਾਰ ਮੈਂ ਦੁੱਖ ਦੇ ਵਿੱਚ ਪਰਿਵਾਰ ਨਾਲ ਔਰ ਸਾਰੇ ਲੋਕਾਂ ਦਾ ਧੰਨਵਾਦ, ਤੁਹਾਡਾ ਧੰਨਵਾਦ ਜਿਹੜਾ ਤੁਸੀਂ ਜਿਹੜਾ ਇਸ ਚੀਜ਼ ਨੂੰ ਅੱਗੇ ਲੈ ਕੇ ਆਏ. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ.